ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਜਿਹੜੇ ਜੀ ਅੰਗਨਵਾੜੀ ਦੇ ਰਿਲੇਟਡ ਬੰਪਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕੀ ਨੋਟੀਫਿਕੇਸ਼ਨ ਦੇ ਵਿੱਚ ਹੈਗਾ ਜੀ ਕੌਣ ਕੌਣ ਕੈਂਡੀਡੇਟਸ ਲਈ ਐਲੀਜੀਬਲ ਹੋਣ ਵਾਲੀ ਨੇ 10ਵੀਂ 12ਵੀਂ ਗ੍ਰੈਜੂਏਸ਼ਨ ਵਾਲਿਆਂ ਲਈ ਬਹੁਤ ਵਧੀਆ ਜਿਹੜਾ ਓਪਰਚ्युनिटी ਹੈ ਜੀ ਵਾਈ ਹੈ ਸੋ ਕਿਦਾਂ ਤੁਸੀਂ ਅਪਲਾਈ ਕਰੋਗੇ ਕੀ ਕੀ ਐਲੀਜੀਬਿਲਿਟੀ ਚ ਰਹਿਗੀ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਪਹਿਲੀ ਵਾਰੀ ਚੈਨਲ ਤੇ ਆ ਰਹੇ ਹਾਂ ਇਸ ਚੈ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਸਾਡੀ ਵੈਬਸਾਈਟ meetacademy.xyz ਤੇ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫ ਸੋ ਇਹ ਨੋਟੀਫਿਕੇਸ਼ਨ ਉਹਨਾਂ ਨੇ ਟਾਈਮਸ ਆਫ ਇੰਡੀਆ ਦੇ ਵੈਬਸਾਈਟ ਦੇ ਉੱਪਰ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਰਖੜ ਪੁੰਨਿਆ ਦੇ ਤਿਉਹਾਰ ਦੇ ਉੱਪਰ ਜਿਹੜਾ ਕਿ ਜਿਹੜੀ ਮਾਨ ਸਰਕਾਰ ਹੈ ਉਹਨਾਂ ਨੇ ਭਗਵੰਤ ਮਾਨ ਜੀ ਨੇ 6000 ਪੋਸਟਾਂ ਜਿਹੜੀ ਅੰਗਨਵਾੜੀ ਵਰਕਰ ਦੀਆਂ ਨੇ ਉਹ ਫਿੱਲ ਕਰਨ ਦੀ ਜਿਹੜੀ ਹੈ ਜੀ ਅਨਾਉਂਸਮੈਂਟ ਕੀਤੀ ਹੈ ਉਹਨਾਂ ਨੇ ਕਲੇਮ ਕੀਤਾ ਕਿ ਪ੍ਰੋਸੈਸ ਜਿਹੜਾ ਰਿਕਰੂਟਮੈਂਟ ਦਾ ਉਹ ਸੈੱਟ ਕਰ ਦਿੱਤਾ ਗਿਆ ਹੈ ਤੇ ਕੰਪਲੀਸ਼ਨ ਜਿਹੜੀ ਹੈ ਜੀ 45 ਡੇਜ਼ ਦੇ ਅੰਦਰ ਜਿਹੜੀ ਹੈ ਉਹ ਕਰ ਦਿੱਤੀ ਜਾਏਗੀ ਐਨਟਾਇਰ ਪ੍ਰੋਸੈਸ ਜਿਹੜਾ ਹੈ ਜੀ ਮੈਰਿਟ ਲਿਸਟ ਦੇ ਬੇਸਿਸ ਮੈਕੈਨਿਜ਼ਮ ਨਾਲ ਚਲਾਇਆ ਜਾਏਗਾ ਤੇ ਇਹਨੂੰ ਪੂਰਾ ਕੀਤਾ ਜਾਏਗਾ ਇਸੇ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ 4300 ਪੋਸਟਾਂ ਜਿਹੜੀਆਂ ਨੇ ਰੀਸੈਂਟਲੀ ਪੰਜਾਬ ਪੁਲਿਸ ਦੇ ਵਿੱਚ ਅਪਾਇੰਟਮੈਂਟ ਜਿਹੜੀਆਂ ਨੇ ਉਹ ਫਿਲ ਕਰ ਦਿੱਤੀ ਹੈ ਕਿ ਯਾਨੀ ਤੇ ਅਪਾਇੰਟਮੈਂਟ ਲੈਟਰ ਜਿਹੜੇ ਨੇ ਉਹ ਸਿਲੈਕਟਡ ਕੈਂਡੀਡੇਟਸ ਨੂੰ ਹੈਂਡਓਵਰ ਕੀਤੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਸੇ ਦੇ ਨਾਲ ਉਹਨਾਂ ਨੇ ਹੋਰ ਵੀ ਜਿਹੜੀਆਂ ਓਪਰਚ्युनिटीਆਂ ਨੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਹਨਾਂ ਓਪਰਚ्युनिटीਜ਼ ਦੇ ਲਈ ਜਿਹੜੀਆਂ ਨੇ ਉਹ ਸਾਰੇ ਜਿੰਨੇ ਵੀ ਕੈਂਡੀਡੇਟ ਹੈਗੇ ਨੇ ਇਮਪਲੋਇਮੈਂਟ ਨੂੰ ਵਧਾਵਾ ਦੇਣ ਦੇ ਲਈ ਸਾਰੇ ਪ੍ਰੋਸੈਸ ਨੂੰ ਸ਼ੁਰੂ ਕਰਨ ਦੇ ਲਈ ਇਨੀਸ਼ੀਏਟ ਕਰਨ ਦੇ ਲਈ ਆਲਰੇਡੀ ਉਨਰ ਟਾਈਮ ਦੇ ਵਿੱਚ ਬਹੁਤ ਸਾਰੀਆਂ ਅਪੁਆਇੰਟਮੈਂਟਸ ਜਿਹੜੀਆਂ ਨੇ ਉਹ ਨਿਕਲਣੀਆਂ ਪਰਤੀਆਂ ਨਿਕਲਣਗੀਆਂ ਸੋ ਤੁਸੀਂ ਉਹਨਾਂ ਲਈ ਤਿਆਰ ਰਹਿਣਾ ਜਿਸ ਦੇ ਵਿੱਚ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਹੋਣਗੇ ਤੇ ਅਪਲਾਈ ਕਰ ਸਕਣਗੇ ਸੋ ਆਂਗਣਵਾਲੀ ਵਰਕਰ ਮਿੰਨੀ ਆਂਗਣਵਾਲੀ ਵਰਕਰ ਤੇ ਕਈ ਸੁਪਰਵਾਈਜ਼ਰਸ ਦੀ ਵੈਕੈਂਸੀਜ਼ ਦੇ ਲਈ ਅਗਰ ਅਸੀਂ ਗੱਲ ਕਰੀਏ 10ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਤੱਕ ਜਿਹੜੇ ਨੇ ਉਹ ਐਲੀਜੀਬਲ ਹੁੰਦੇ ਨੇ ਤੇ ਅਪਲਾਈ ਕਰ ਸਕਦੇ ਨੇ ਸੋ ਅੰਦਰਵਾੜੀ ਵਰਕਰ ਦੀਆਂ ਵੈਕੈਂਸੀਸ ਲਾਸਟ ਈਅਰ ਆਈਆਂ ਸੀਗੀਆਂ ਤੇ ਹੁਣ ਵੀ ਜਿਹੜੇ ਉਹ ਪੂਰੀ ਜੋਰਸ਼ ਹੋ ਰਾਣਾ ਇਹਨਾਂ ਨੇ 6000 ਪੋਸਟਾਂ ਦੀ ਜਿਹੜੀ ਅਨਾਉਂਸਮੈਂਟ ਆ ਉਹ ਕਰ ਦਿੱਤੀ ਹੈ ਜੀ ਸੋ ਜਲਦੀ ਹੀ ਤੁਹਾਨੂੰ ਇਹਦਾ ਨੋਟੀਫਿਕੇਸ਼ਨ ਆਨ ਆਲੇ ਕੁਝ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਸੋ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਕੰਪਲੀਟ ਰੱਖਣੀ ਹੈ ਤੇ ਨਾਲ ਦੀ ਨਾਲ ਜਿਹੜੇ ਕੈਂਡੀਡੇਟਸ ਨੇ ਕਈ ਵਾਰੀ ਪੁੱਛਦੇ ਨੇ ਸਰ ਕਿ ਕਿਹੜਾ ਕੋਰਸ ਨੂੰ ਕਰਨਾ ਚਾਹੀਦਾ ਹੈ ਤੈਨੂੰ ਜਿਹੜਾ 120 ਘੰਟੇ ਦਾ ਕੰਪਿਊਟਰ ਕੋਰਸ ਹੈ ਉਹ ਜ਼ਰੂਰ ਕਰਕੇ ਰੱਖਣਾ ਚਾਹੀਦਾ ਕਿਉਂਕਿ 40% ਜਿਹੜੀਆਂ ਭਰਤੀਆਂ ਨੇ ਉਹਨਾਂ ਦੇ ਵਿੱਚ ਇਹ ਕੰਮ ਹੁੰਦਾ ਹੈ ਅਗਰ ਤੁਸੀਂ ਦੇਖੋ ਚਾਹੇ ਉਹ ਕਲਰਕ ਦੀਆਂ ਹੋਣ ਚਾਹੀਏ ਉਹ ਡਾਗ ਬੀਸੀਸ ਤੇ ਹੋਣੀਆਂ ਰੈਗੂਲਰ ਹੋਣ ਇਹਨਾਂ ਦੇ ਵਿੱਚ ਇਹ ਤਾਂ ਨੋਟੀਫਿਕੇਸ਼ਨ ਤੁਸੀਂ ਆਲਰੇਡੀ ਦੇਖੀ ਜਿਹੜੇ ਪ੍ਰੀਵਿਅਸ ਆਊਟ ਹੋਏ ਨੇ ਉਹਨਾਂ ਦੇ ਵਿੱਚ ਕੰਪਿਊਟਰ ਕੋਰਸ ਜਿਹੜਾ ਹੈ ਜੀ ਮੰਡੇਟਰੀ ਹੈ ਬਹੁਤ ਸਾਰੀਆਂ ਪੋਸਟਾਂ ਦੇ ਲਈ ਸੋ ਤੁਸੀਂ ਜ਼ਰੂਰ ਇਹਦੇ ਕੋਸ਼ਿਸ਼ ਕਰਨੀ ਹੈ ਕਿ ਕਰਕੇ ਰੱਖ ਲੈਣਾ ਲਿੰਕ ਡਿਸਕ੍ਰਿਪਸ਼ਨ ਚ ਮੈਂ ਤੁਹਾਨੂੰ ਦੇ ਦਿੱਤਾ ਹੈ ਨੋਟੀਫਿਕੇਸ਼ਨ ਦਾ ਵੀ ਔਰ ਸਟੱਡੀ ਨੋਟਸ ਕੇਸ਼ਨ ਜਿਹੜਾ ਕਿ ਅੰਗਮਾੜੀ ਭਰਤੀ ਦੇ ਰਿਲੇਟਡ ਆਇਆ ਜੀ ਤਾਂ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ